ਦਿੱਤੀ ਗਈ ਹੈ। ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ ਦੇਸੀ ਘਿਓ ਦੇ 21% ਤੋਂ ਵੱਧ ਸੈਂਪਲ ਫੇਲ ਹੋ ਗਏ ਨੇ। ਇਹੀ ਨਹੀਂ, ਦੁੱਧ ਦੇ ਵੀ 13.6% ਸੈਂਪਲ ਫੇਲ ਪਾਏ ਗਏ ਨੇ ਅਤੇ ਦੁੱਧ ਦੇ 646 ਸੈਂਪਲਾਂ ਦੇ ਵਿੱਚੋਂ 88 ਸੈਂਪਲ ਫੇਲ ਨੇ। ਇਸੇ ਤਰ੍ਹਾਂ ਖੋਏ ਦੇ 26% ਸੈਂਪਲ ਫੇਲ ਪਾਏ ਗਏ ਨੇ। ਦੁੱਧ ਉਤਪਾਦਾਂ ਦੇ ਵਿੱਚ ਪਾਣੀ ਤੇ ਯੂਰੀਆ ਦੀ ਮਿਲਾਵਟ ਹੋ ਰਹੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੂਜਾ ਲਈ ਵਰਤੇ ਜਾਂਦੇ ਦੇਸੀ ਘਿਓ 'ਚ ਸਿਰਫ ਦੇਸੀ ਘਿਓ 10% ਹੀ ਹੈ, ਬਾਕੀ ਹਾਈਡਰੋਜਨੇਟਡ ਫੈਟ ਅਤੇ ਰਿਫਾਈਨਡ ਦੀ ਮਿਲਾਵਟ ਹੈ। ਤਾਂ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਦੇਸੀ ਘਿਓ ਦੇ ਵਿੱਚ ਮਿਲਾਵਟ ਹੋ ਰਹੀ ਹੈ। ਜ਼ਹਿਰੀਲਾ ਕਿਹਾ ਜਾ ਸਕਦਾ ਕਿ ਜਿਹੜਾ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਪੰਜਾਬੀਆਂ ਦੀ। ਦੁੱਧ ਦੇ ਸੈਂਪਲ ਫੇਲ ਪਾਏ ਗਏ ਨੇ, ਖੋਏ ਦੇ ਸੈਂਪਲ ਫੇਲ ਹੋਏ ਨੇ, ਦੇਸੀ ਘਿਓ ਦੇ ਤਾਂ 21.4% ਸੈਂਪਲ ਫੇਲ ਹੋਏ ਨੇ। ਭਾਵ ਕਿ ਜਿਹੜਾ ਤੁਸੀਂ ਦੇਸੀ ਘਿਓ ਵਰਤ ਰਹੇ ਹੋ, ਜਿਹੜਾ ਦੁੱਧ ਤੁਸੀਂ ਵਰਤ ਰਹੇ ਹੋ, ਜਿਹੜਾ ਖੋਆ ਤੁਸੀਂ ਵਰਤ ਰਹੇ ਹੋ, ਤੇ ਦੁੱਧ ਨਾਲ ਬਣੇ ਉਤਪਾਦ ਤੁਸੀਂ ਵਰਤ ਰਹੇ ਹੋ ਉਹ ਤੁਹਾਡੇ ਲਈ ਹਾਨੀਕਾਰਕ ਨੇ, ਕਿਉਂਕਿ ਅਸੀਂ ਨਹੀਂ ਕਹਿ ਰਹੇ, ਇਹ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਦੇ ਅੰਕੜੇ ਸਾਹਮਣੇ ਆਏ ਨੇ ਕਿ ਦੁੱਧ ਦੇ 13.6% ਸੈਂਪਲ ਫੇਲ ਨੇ। ਇਸੇ ਤਰ੍ਹਾਂ ਖੋਆ ਦੇਖਿਆ ਜਾਵੇ ਤਾਂ ਖੋਏ ਦੇ 26% ਸੈਂਪਲ ਫੇਲ ਨੇ, ਤਾਂ ਚੌਥੇ ਹਿੱਸੇ ਤੋਂ ਵਧੇਰੇ ਜੋ ਖੋਆ ਹੈ ਉਹ ਮਿਲਾਵਟੀ ਹੈ, ਉਹ ਸੈਂਪਲ ਫੇਲ ਨੇ, ਖਾਣਯੋਗ ਨਹੀਂ ਹੈ। ਦੱਸ ਦਈਏ ਕਿ 2023-24 ਦੇ ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਜਿਸ ਦੇ ਵਿੱਚੋਂ 88 ਫੇਲ ਹੋਏ ਨੇ ਅਤੇ 2021 ਤੋਂ 24 ਤੱਕ ਜਿਹੜੇ ਸੈਂਪਲ ਨੇ ਉਸ ਦੇ ਵਿੱਚ ਦੁੱਧ ਉਤਪਾਦਾਂ ਦੀ ਗੱਲ ਕੀਤੀ ਜਾਵੇ ਤਾਂ 20,988 ਦੇ ਵਿੱਚੋਂ 3712 ਸੈਂਪਲ ਫੇਲ ਹੋਏ ਨੇ। ਇਸੇ ਤਰ੍ਹਾਂ ਦੇਸੀ ਘਿਓ ਦੇ 21.4% ਸੈਂਪਲ ਫੇਲ ਪਾਏ ਗਏ ਨੇ। ਤਾਂ ਜਿਹੜਾ ਤੁਸੀਂ ਦੇਸੀ ਘਿਓ ਜਿਹੜਾ ਵਰਤ ਰਹੇ ਹੋ ਆਪਣੀ ਸਿਹਤ ਬਣਾਉਣ ਦੇ ਲਈ, ਉਹ ਦੇਸੀ ਘਿਓ ਹੀ ਸ਼ੁੱਧ ਨਹੀਂ ਹੈ। ਜਿਹੜਾ ਦੁੱਧ ਵਰਤ ਰਹੇ ਹੋ ਉਸ ਦੇ ਵਿੱਚ 13.6% ਸੈਂਪਲ ਫੇਲ ਪਾਏ ਗਏ ਨੇ। ਤਾਂ ਪੰਜਾਬੀਆਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ। ਇਸੇ ਖਬਰ ਤੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਾਈਵ ਜੁੜੇ ਨੇ। ਰਾਜੀਵ, ਪੰਜਾਬੀ ਆਪਣੀ ਸਿਹਤ ਲਈ ਜਾਣੇ ਜਾਂਦੇ ਨੇ, ਆਪਣੇ ਲਿਵਿੰਗ ਸਟਾਈਲ ਦੇ ਲਈ, ਲਿਵਿੰਗ ਸਟੈਂਡਰਡ ਦੇ ਲਈ ਜਾਣੇ ਜਾਂਦੇ ਨੇ, ਤੇ ਚੰਗੀਆਂ ਖੁਰਾਕਾਂ ਕਿਹਾ ਜਾਂਦਾ ਹੈ ਕਿ ਉਹੀ ਕੰਮ ਆਉਂਦੀਆਂ ਨੇ, ਤੇ ਪੰਜਾਬ ਦੇ ਵਿੱਚ ਦੁੱਧ ਦੀ ਗੱਲ ਜਦੋਂ ਵੀ ਹੁੰਦੀ ਹੈ ਤਾਂ ਨਾਲ ਦੇਸੀ ਘਿਓ ਦੀ ਗੱਲ ਹੁੰਦੀ ਹੈ, ਸ਼ੁੱਧਤਾ ਦੀ ਗੱਲ ਹੁੰਦੀ ਹੈ। ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਉਤਪਾਦਨ ਵੀ ਹੁੰਦਾ, ਪਰ ਜਿਹੜੀ ਖਬਰ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਉਹ ਇਹ ਹੈ ਕਿ ਦੇਸੀ ਘਿਓ ਦੇ ਵਿੱਚ ਵੱਡੇ ਪੱਧਰ 'ਤੇ ਮਿਲਾਵਟ ਹੋ ਰਹੀ ਹੈ ਅਤੇ 21% ਤੋਂ ਵੱਧ ਦੇਸੀ ਘਿਓ ਦੇਸੀ ਨਹੀਂ ਹੈ, ਸ਼ੁੱਧ ਨਹੀਂ ਹੈ। ਬਿਲਕੁਲ ਰਣਬੀਰ, ਬਹੁਤ ਸਾਰੇ ਐਸੇ ਦੁਕਾਨਦਾਰ ਨੇ ਜਿਹੜੇ ਕਿ ਇਮਾਨਦਾਰੀ ਦੇ ਨਾਲ ਸਹੀ ਚੀਜ਼ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕੋਸ਼ਿਸ਼ ਕਰਦੇ ਨੇ, ਪਰ ਕੁਝ ਲੋਕ ਜਿਹੜੇ ਨੇ ਜ਼ਿਆਦਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ। ਤਾਂ ਮੈਂ ਇਸ ਵੇਲੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ 'ਤੇ ਹਾਂ, ਜਿੱਥੇ ਕਿ ਇੱਕੋ ਜਗ੍ਹਾ 'ਤੇ ਬਹੁਤ ਸਾਰੀਆਂ ਡੇਅਰੀਆਂ ਨੇ ਔਰ ਇਹ ਬਹੁਤ ਪੁਰਾਣੀਆਂ ਡੇਅਰੀਆਂ ਨੇ। ਤਾਂ ਇੱਥੋਂ ਸ਼ਹਿਰ ਦੇ ਕਈ ਜਿਹੜੇ ਘਰਾਂ ਦੇ ਵਿੱਚ ਦੁੱਧ, ਘਿਓ ਜਾਂ ਹੋਰ ਜਿਹੜੇ ਪਦਾਰਥ ਨੇ ਉਹ ਜਾਂਦੇ ਨੇ, ਚਾਹੇ ਮੱਖਣ ਹੋਵੇ। ਤਾਂ ਅਸੀਂ ਦੁਕਾਨਦਾਰਾਂ ਦੇ ਨਾਲ ਵੀ ਗੱਲ ਕਰਾਂਗੇ ਤਾਂ ਇੱਥੇ ਲਗਾਤਾਰ ਇਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ, ਪਰ ਅੱਜ ਤੱਕ ਇਸ ਥਾਂ ਤੋਂ ਕਦੇ ਕੋਈ ਐਸੀ ਸ਼ਿਕਾਇਤ ਨਹੀਂ ਮਿਲੀ, ਕਿਉਂਕਿ ਸਿਹਤ ਵਿਭਾਗ ਵੀ ਸਮੇਂ-ਸਮੇਂ ਤੇ ਆ ਕੇ ਜਿਹੜੇ ਸੈਂਪਲ ਹੈ ਉਹ ਇੱਥੋਂ ਲਿਜਾ ਚੁੱਕਾ। ਤਾਂ ਅਸੀਂ ਦੁਕਾਨਦਾਰਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਕੁਝ ਕੀਤਾ ਜਾਂਦਾ। ਮੇਰੇ ਨਾਲ ਦੁਕਾਨਦਾਰ ਨੇ, ਭਾਈ ਸਾਹਿਬ ਜਿਹੜੀ ਇੱਕ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਕਿ 21% ਜਿਹੜੇ ਸੈਂਪਲ ਨੇ ਉਹ ਫੇਲ ਪਾਏ ਗਏ, ਪਰ ਜਿਹੜਾ ਤੁਸੀਂ
ਦੁੱਧ ਜਾਂ ਘਿਓ ਵੇਚਦੇ ਹੋ, ਕੀ ਇਹਨਾਂ ਚੀਜ਼ਾਂ ਦਾ ਤੁਹਾਡੇ ਵੱਲੋਂ ਧਿਆਨ ਰੱਖਿਆ ਜਾਂਦਾ? ਮੈਂ ਕਿਹਾ ਬਿਲਕੁਲ ਜੀ, ਤੁਹਾਡੀ ਗੱਲ ਬਹੁਤ ਵਧੀਆ ਹੈ ਕਿ ਜਿਹੜਾ ਇਹ ਦੁੱਧ ਦਾ ਕੰਮ ਹੈ, ਦੁੱਧ ਅਤੇ ਪੁੱਤ ਦਾ ਕੰਮ ਹੈ, ਬਹੁਤ ਸੰਭਾਲ ਨਾਲ ਕੀਤਾ ਜਾਂਦਾ ਆ। ਔਰ ਅਜਿਹੇ ਲੋਕ ਹੈਗੇ ਨੇ ਜਿਹੜੇ ਆਪਣਾ ਬਹੁਤ ਕਮਾਈ ਦਾ ਸਾਧਨ ਸੋਚਦੇ ਆ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਕਈ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਸ਼ਹਿਰ 'ਚ ਵੇਚਣ ਦੀ ਕੋਸ਼ਿਸ਼ ਕਰਦੇ ਆ ਕਿ ਆਪਾਂ ਸ਼ਹਿਰ 'ਚ ਜਾ ਕੇ ਵੇਚ ਦਈਏ, ਲੇਕਿਨ ਸ਼ਹਿਰ ਦੇ ਵਿੱਚ ਜਿਹੜੇ ਨੇ ਹਰ ਦੁਕਾਨਦਾਰ ਚਾਹੇ ਇਹ ਮਾਰਕੀਟ ਆ, ਉਹ ਪਹਿਲਾਂ ਬਕਾਇਦਾ ਉਹਨਾਂ ਦਾ ਸੈਂਪਲ ਦੇਖਦੀ ਆ, ਫਿਰ ਉਹਨਾਂ ਦੇ ਸੈਂਪਲ ਦੇ ਵਿੱਚ ਉਹਨਾਂ ਦਾ ਗ੍ਰੈਪੀ ਦੇਖਦੀ ਵੀ ਉੱਥੇ ਕਿੰਨੀ ਪਾਣੀ ਦੀ ਮਾਤਰਾ ਜਾਂ ਕਿੰਨੀ ਉਹਦੀ ਆ, ਫਿਰ ਉਹ ਦੁੱਧ ਖਰੀਦਦੀ ਆ। ਔਰ ਉਹਦੇ ਵਿੱਚ ਦਹੀਂ ਦੀ ਜਿਹੜਾ ਆਪਾਂ ਕਦੋਂ ਵੀ ਦੁੱਧ ਖਰੀਦਣਾ, ਉਹਦਾ ਘਰ 'ਚ ਦਹੀਂ ਲਾ ਕੇ ਦੇਖੋ, ਉਹਦਾ ਘਰ ਪਨੀਰ ਪਾੜ ਕੇ ਦੇਖੋ, ਜਿਹੜੇ ਦੁੱਧ ਦੇ ਵਿੱਚੋਂ ਦਹੀਂ ਅਤੇ ਪਨੀਰ ਬਣਦਾ ਹੋਵੇ ਉਹ ਦੁੱਧ ਬਿਲਕੁਲ ਓਰੀਜਨਲ ਹੋਏਗਾ। ਮੈਂ ਆਪਣੀ ਪਬਲਿਕ ਨੂੰ ਵੀ ਇਹੋ ਜਾਣਕਾਰੀ ਦੇਣਾ ਚਾਹੁੰਦਾ ਕਿ ਦੁੱਧ ਦੀ ਪਹਿਚਾਣ ਇਹ ਆ ਵੀ ਉਸ ਦੁੱਧ ਨੂੰ ਲੈ ਕੇ ਉਸਦਾ ਦਹੀਂ ਲਾਓ, ਉਹਦੇ ਵਿੱਚ ਉਹਦਾ ਪਨੀਰ ਪਾੜੋ, ਔਰ ਪਤਾ ਲੱਗ ਜਾਏਗਾ ਕਿ ਉਹ ਦੁੱਧ ਓਰੀਜਨਲ ਦੁੱਧ ਆ। ਭਾਈ ਸਾਹਿਬ, ਇਹ ਵੀ ਜਾਣਕਾਰੀ ਮਿਲੀ ਹੋਣੀ, ਮੈਂ ਗੱਲਬਾਤ ਕਰ ਰਿਹਾ ਸੀ ਕਿ ਕੁਝ ਮਹੀਨੇ ਇਹੋ ਜਿਹੇ ਵੀ ਹੁੰਦੇ ਆ ਜਦੋਂ ਕਿ ਦੁੱਧ ਦਾ ਜਿਹੜਾ ਉਤਪਾਦਨ ਹੈ ਉਹ ਘੱਟ ਜਾਂਦਾ, ਉਹ ਕੀ ਕਾਰਨ ਹੁੰਦਾ, ਉਦੋਂ ਤੁਸੀਂ ਕੀ ਕਰਦੇ? ਬਿਲਕੁਲ ਤੁਹਾਡੀ ਸਹੀ ਗੱਲ ਹੈ, ਜਿਹੜੇ ਮਹੀਨੇ ਚੱਲ ਰਹੇ, ਇਹਨਾਂ ਡੰਗਰਾਂ ਦਾ ਸੂਆ ਹੁੰਦਾ ਆ, ਇਹਨਾਂ ਦੇ ਵਿੱਚ ਮਹੀਨਾ ਇੱਕ ਬਿਲਕੁਲ ਦੁੱਧ ਖਤਮ ਹੋ ਜਾਂਦਾ ਆ, ਉਹਦੇ ਵਿੱਚ ਜਿਹੜੇ ਦੁਕਾਨਦਾਰ ਆ ਉਹ ਅਮੂਲ ਦਾ ਜਾਂ ਵੇਰਕੇ ਦਾ ਦੁੱਧ 6 ਕਿਲੋ ਵਾਲੀ ਪੈਕਿੰਗ ਵਰਤਦੇ ਆ ਔਰ ਫਾਲਤੂ ਦੁੱਧ ਨਹੀਂ ਲੈਂਦੇ। ਕਈ ਇਹਨਾਂ ਦਿਨਾਂ ਦੇ ਵਿੱਚ ਉੱਠੇ ਮਗਰ ਮਛਾਉਂਦੇ ਆ ਵੀ ਸਾਡੇ ਕੋਲ ਦੁੱਧ ਲੈ ਲਓ, ਸਾਡੇ ਕੋਲ 2 ਕੁਇੰਟਲ ਦੁੱਧ, ਸਾਡੇ ਕੋਲ 3 ਕੁਇੰਟਲ ਦੁੱਧ, ਉਹਨਾਂ ਨੂੰ ਆਪਾਂ ਪੁੱਛਦੇ ਵੀ ਤੁਹਾਡੇ ਕੋਲ ਕਿੱਥੋਂ ਆ ਗਿਆ, ਇੰਨਾ ਖਿੱਚ ਹੁੰਦੀ ਉਹਨਾਂ ਕੋਲ ਦੁੱਧ ਆਉਣ ਦਾ ਤਰੀਕਾ ਕੀ ਆ, ਇਸ ਕਰਕੇ ਆਪਾਂ ਦੁੱਧ ਨਹੀਂ ਖਰੀਦਦੇ। ਰਾਜੀਵ ਬਣੇ ਰਹੋ ਸਾਡੇ ਨਾਲ, ਤੁਸੀਂ ਸਾਡੇ ਨਾਲ ਕਪੂਰਥਲਾ ਤੋਂ ਸੰਦੀਪ ਓਬਰਾਏ ਵੀ ਜੁੜ ਰਹੇ ਨੇ ਤੇ ਅਸੀਂ ਅੱਜ ਸਿਹਤ ਦੀ ਗੱਲ ਕਰ ਰਹੇ ਹਾਂ, ਪੰਜਾਬੀਆਂ ਦੀ ਸਿਹਤ ਦੀ, ਤੇ ਅਸੀਂ ਲੋਕਾਂ ਨੂੰ ਦੱਸਾਂਗੇ, ਜਾਗਰੂਕ ਵੀ ਕਰਾਂਗੇ ਕਿ ਜਿਹੜੀ ਦੁੱਧ ਦੀ ਪਹਿਚਾਣ ਹੈ ਉਹ ਕਿਵੇਂ ਹੁੰਦੀ ਹੈ। ਜਿਵੇਂ ਜਿਹੜੇ ਡੇਅਰੀ ਉਤਪਾਦਕ ਨੇ ਉਹ ਦੱਸਦੇ ਨੇ ਕਿ ਜਿਹੜਾ ਤੁਸੀਂ ਦੁੱਧ ਖਰੀਦ ਰਹੇ ਹੋ ਉਸ ਦਾ ਤੁਸੀਂ ਦਹੀਂ ਜਮਾ ਕੇ ਦੇਖੋ, ਉਸ ਦਾ ਪਨੀਰ ਬਣਾ ਕੇ ਦੇਖੋ, ਤਾਂ ਤੁਹਾਨੂੰ ਉਸ ਦੀ ਪਹਿਚਾਣ ਵੀ ਹੋਏਗੀ। ਤੇ ਮੇਰੇ ਨਾਲ ਸੰਦੀਪ ਓਬਰਾਏ ਨੇ ਕਪੂਰਥਲਾ ਤੋਂ, ਮੇਰੇ ਸਹਿਯੋਗੀ, ਜਿਸ ਢੰਗ ਦੇ ਨਾਲ ਸੰਦੀਪ ਇਹ ਖਬਰ ਸਾਹਮਣੇ ਆਈ ਕਿ 21% ਤੋਂ ਵੱਧ ਜਿਹੜਾ ਦੇਸੀ ਘਿਓ ਹੈ ਉਸ ਦੇ ਸੈਂਪਲ ਫੇਲ ਪਾਏ ਗਏ ਨੇ, ਤੇ ਇਹੀ ਹਾਲ ਦੁੱਧ ਦਾ ਵੀ ਹੈ ਤੇ ਖੋਏ ਦਾ ਵੀ ਹੈ। ਤੁਹਾਡੇ ਇਲਾਕੇ ਦੇ ਵਿੱਚ ਲੋਕ ਕੀ ਜਾਗਰੂਕ ਨੇ ਤੇ ਜਿਹੜੇ ਇਹਨਾਂ ਨੂੰ ਵੇਚਣ ਦਾ ਕੰਮ ਕਰਦੇ ਨੇ, ਦੁੱਧ ਉਤਪਾਦਕ ਨੇ, ਉਹਨਾਂ ਦਾ ਕੀ ਕਹਿਣਾ? ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦਾ ਕਿ ਇਸ ਵੇਲੇ ਅਸੀਂ ਇੱਕ ਨਾ ਦੁੱਧ ਦੀ ਫੈਕਟਰੀ ਦੇ ਵਿੱਚ ਜਿੱਥੇ ਦੁੱਧ ਤੋਂ ਅਗਲੀਆਂ ਚੀਜ਼ਾਂ ਜਿਹੜੀਆਂ ਨੇ ਬਣਾਈਆਂ ਜਾਂਦੀਆਂ ਨੇ, ਇਹ ਤਸਵੀਰਾਂ ਨੇ ਉਸ ਫੈਕਟਰੀ ਦੀਆਂ। ਔਰ ਇੱਥੋਂ ਹੀ ਦੁੱਧ, ਉਸ ਤੋਂ ਬਾਅਦ ਦਹੀਂ, ਦਹੀਂ ਤੋਂ ਬਾਅਦ ਪਨੀਰ, ਪਨੀਰ ਤੋਂ ਬਾਅਦ ਘਿਓ ਬਣਾਇਆ ਜਾਂਦਾ ਹੈ। ਇਹ ਜਿਹੜੇ ਤੁਸੀਂ ਵੱਡੇ ਵੱਡੇ ਕੰਟੇਨਰ ਦੇਖ ਰਹੇ ਹੋ, ਸਟੀਲ ਦੇ ਕੰਟੇਨਰ, ਇਹਦੇ ਵਿੱਚ ਮੈਂ ਤੁਹਾਨੂੰ ਚੱਕ ਕੇ ਦਿਖਾਉਣਾ ਚਾਹੂੰਗਾ ਕਿ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ, ਦੇਖੋ ਇਹ ਸਾਫ਼ ਦੁੱਧ ਹੈ ਔਰ ਇੱਕ ਮਸ਼ੀਨੀ ਪ੍ਰਕਿਰਿਆ ਦੇ ਨਾਲ ਇਸ ਦੁੱਧ ਨੂੰ ਠੰਡਾ ਰੱਖਿਆ ਜਾਂਦਾ ਹੈ। ਉਹ ਠੰਡਾ ਰੱਖਣ ਤੋਂ ਬਾਅਦ ਦੀ ਕੁਆਲਿਟੀ ਨੂੰ ਜਿਹੜਾ ਹੈ ਉਹ ਮੇਨਟੇਨ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਗਾਹਕ ਹੈ ਉਸਨੂੰ ਇਹਦੀ ਪਿਓਰ ਕੁਆਲਿਟੀ ਮਿਲ ਸਕੇ, ਕਿਉਂਕਿ ਅੱਜ ਕੱਲ੍ਹ ਗਰਮੀ ਹੈ ਔਰ ਗਰਮੀ ਦੇ ਵਿੱਚ ਜਿਹੜਾ ਦੁੱਧ ਹੈ ਉਹ ਕਿੱਥੇ ਨਾ ਕਿੱਥੇ ਇਸ ਤੋਂ ਪ੍ਰਭਾਵਿਤ ਹੁੰਦਾ ਹੈ ਗਰਮੀ ਤੋਂ। ਜਿਹੜੇ ਇਸ ਕਾਰਖਾਨੇ ਨੂੰ ਚਲਾ ਰਹੇ ਨੇ ਇਹ ਇੱਥੋਂ ਜਿਹੜੀ ਦੁੱਧ ਵੇਚਣ ਵਾਲਿਆਂ ਦੀ ਐਸੋਸੀਏਸ਼ਨ ਹੈ ਉਸਦੇ ਪ੍ਰਧਾਨ ਵੀ ਨੇ। ਸਰ, ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਨੇ ਇੱਕ ਪ੍ਰਕਾਸ਼ਿਤ ਕੀਤਾ ਹੈ ਕਿ ਪਿਛਲੇ ਸਮੇਂ 'ਚ ਦੁੱਧ, ਦਹੀਂ ਔਰ ਪਨੀਰ ਦੇ ਜਿਹੜੇ ਸੈਂਪਲ ਨੇ ਉਹ ਕਾਫੀ ਹੱਦ ਤੱਕ ਫੇਲ ਆਏ ਨੇ 21% ਤੱਕ। ਤਾਂ ਪਹਿਲੀ ਪ੍ਰਤੀਕਿਰਿਆ ਕੀ ਹੈ, ਕਿਉਂਕਿ ਤੁਸੀਂ ਐਸੋਸੀਏਸ਼ਨ ਦੇ ਪ੍ਰਧਾਨ ਹੋ, ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ, ਇਸ ਤੇ ਕੀ ਕਹਿਣਾ ਚਾਹੋਗੇ? ਪ੍ਰਧਾਨ ਸਾਡੇ ਪਾਪਾ ਸੀਗੇ, ਹੁਣ ਥੋੜੀ ਦੇਰ ਤੋਂ ਲੇਟੈਸਟ ਉਹਨਾਂ ਦੀ ਡੈਥ ਹੋ ਚੁੱਕੀ ਹੈ, ਲੇਕਿਨ ਚਲੋ ਜਿੱਦਾਂ ਦੀ ਸਾਨੂੰ ਉਹਨਾਂ ਨੇ ਗੱਲਬਾਤ ਸਾਨੂੰ ਸਿਖਾਈ ਹੈ, ਕੰਮ ਕਰਨ ਦਾ ਤਰੀਕਾ ਸਿਖਾਇਆ, ਅਸੀਂ ਉਸ ਤਰੀਕੇ ਨਾਲ ਚੱਲਦੇ ਪਏ ਅੱਜ ਤੱਕ। ਦੇਖੋ, ਜਿਹੜੇ ਪੰਜਾਬ 'ਚ ਸੈਂਪਲ ਫੇਲ ਹੋਏ ਆ ਜਾਂ ਕਿੱਦਾਂ ਹੋਏ ਕਿੱਦਾਂ ਨਹੀਂ ਹੋਏ ਮੈਂ ਕਹਿ ਨਹੀਂ ਸਕਦਾ, ਪਰ ਲੇਕਿਨ ਪੰਜਾਬ ਦੁੱਧ ਦਾ ਘਰ ਆ, ਘਿਓ ਦਾ ਘਰ ਆ, ਦਹੀਂ ਦਾ ਘਰ ਆ, ਪੰਜਾਬ 'ਚ ਹਰ ਘਰ ਵਿੱਚ ਦੁੱਧ ਆ।
ਹਰ ਘਰ ਵਿੱਚ ਪਸ਼ੂ ਆ, ਪਰ ਅੱਜ ਦੇ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮਿਲਾਵਟ ਚੱਲਦੀ ਪਈ ਆ, ਅਸੀਂ ਉਸ ਤੋਂ ਆਪਣੇ ਪਰੇਸ਼ਾਨ ਵੇ ਕੀ ਹੋ ਰਿਹਾ, ਪਰ ਲੇਕਿਨ ਹੋਣਾ ਨਹੀਂ ਚਾਹੀਦਾ। ਮੇਰਾ ਤਾਂ ਅਸੀਂ ਤਾਂ ਅੱਜ ਤੱਕ ਇਹੀ ਕੋਸ਼ਿਸ਼ ਕੀਤੀ ਹੈ ਕਿ ਦੁੱਧ ਵਧੀਆ ਕੁਆਲਿਟੀ ਦਾ ਦਿੱਤਾ ਜਾਵੇ, ਵਧੀਆ ਦਿੱਤਾ ਜਾਵੇ। ਤੁਹਾਡੇ ਤੋਂ ਇਹ ਸਮਝਣਾ ਚਾਹਾਂਗੇ ਕਾਰਖਾਨਾ ਕਿਸ ਤਰ੍ਹਾਂ ਵਰਕ ਕਰਦਾ ਹੈ, ਜਦੋਂ ਦੁੱਧ ਪਹਿਲਾਂ ਆਉਂਦਾ ਹੈ ਫਿਰ ਤੁਸੀਂ ਕਿਸ ਤਰ੍ਹਾਂ ਕੁਆਲਿਟੀ ਮੇਨਟੇਨ ਕਰਦੇ ਹੋ, ਇਹ ਕੰਟੇਨਰ ਇਹਨਾਂ ਦਾ ਕੀ ਰੋਲ ਹੈ, ਔਰ ਅੱਗੇ ਜਿਹੜੀ ਪ੍ਰਕਿਰਿਆ ਹੈ ਪਨੀਰ ਬਣਾਉਣ ਦੀ ਦੁੱਧ ਦੀ, ਉਹਨੂੰ ਵੀ ਸਮਝਣਾ ਚਾਹਾਂਗੇ। ਤੁਸੀਂ ਦੱਸੋਗੇ ਕਿ ਇਹਦੇ ਵਿੱਚ ਕੀ ਹੈ? ਇਹ ਜਿਸ ਤਰ੍ਹਾਂ ਮੈਂ ਚੱਕ ਕੇ ਦੇਖ ਰਿਹਾ ਇਹਦੇ ਵਿੱਚ ਦੁੱਧ ਹੈ, ਔਰ ਦੁੱਧ ਦੇ ਅੰਦਰ ਇਹ ਮਸ਼ੀਨ ਘੁੰਮ ਰਹੀ ਹੈ, ਕੀ ਹੈ? ਜਿਸ ਤਰ੍ਹਾਂ ਹੁਣੇ ਕੋਈ ਦੁੱਧ ਵਾਲਾ ਆਇਆ, ਉਹਨੇ ਸਾਨੂੰ ਦੁੱਧ ਪਾਇਆ, ਅਸੀਂ ਇਮੀਡੀਏਟਲੀ ਦੁੱਧ ਨੂੰ ਆਪਣੇ ਕੰਟੇਨਰ ਚ ਪਾ ਲਿਆ, ਠੀਕ ਹੈ, ਇਹ ਵਰਕ ਕੂਲਰ ਇਹਨੇ ਵਿੱਚ ਪਾ ਦਿੱਤਾ, ਤੇ ਮਗਰੇ ਅਸੀਂ ਉਹਦੇ ਵਿੱਚ ਜਾ ਕੇ ਜਿੱਦਾਂ ਹੋਰ ਦੁੱਧ ਜੇ ਆਏ ਆ, ਹੁਣ ਉਹਨੇ ਅਲੱਗ ਅਲੱਗ ਬਾਕਸ ਬਣਾਏ ਆ, ਜਿੱਦਾਂ ਇਹ ਦੁੱਧ ਆ, ਇਹਦੇ ਮੱਝ ਦਾ ਦੁੱਧ ਆ, ਠੀਕ ਹੈ, ਮੱਝ ਦਾ ਦੁੱਧ ਬਾਅਦ ਦੇਖੋ ਤੁਸੀਂ, ਦੇਖੋ ਸਫਾਈ ਦੇਖੋ, ਆਪਣੇ ਆਪ ਦੇ ਚਿਹੜੇ ਕਿਸੇ ਵੀ ਪੁਆਇੰਟ ਤੇ ਬੰਦੇ ਦਾ ਹੱਥ ਨਹੀਂ ਲੱਗਣਾ, ਕਿ ਤਾਂ ਕਿ ਬੰਦੇ ਦਾ ਹੱਥ ਲੱਗੇ ਬੰਦੇ ਆਪਣਾ ਦੇਖਣ ਵਾਲੇ ਹੱਥ ਦੇ ਪੁਆਇੰਟ ਤੇ, ਇਹ ਹੈਗਾ ਗਾਂ ਦਾ ਦੁੱਧ, ਦੇਖੋ ਇਹਦੇ ਵਿੱਚ ਵੀ ਕਿਸੇ ਵੀ ਚੀਜ਼ ਤੇ ਬੰਦੇ ਦਾ ਕੋਈ ਹੱਥ ਨਹੀਂ, ਕੋਈ ਕੁਛ ਨਹੀਂ, ਆਟੋਮੈਟਿਕ ਬੰਦੇ ਨੇ ਬੰਦੇ ਠੰਡਾ ਹੋਣਾ, ਤੀਸਰੇ ਪੁਆਇੰਟ ਤੇ ਫਿਰ ਦੁੱਧ ਫਿਰ ਆਪਣਾ ਦੁੱਧ ਮਾਝਾ ਆ ਗਿਆ, ਠੀਕ ਹੈ, ਇਹ ਸਾਰਾ ਦੁੱਧ ਜਿਹੜਾ ਅਸੀਂ ਆਪਣੇ ਸ਼ੋਪ ਤੇ ਵੇਚਣਾ। ਜੇ ਅਗਲੀ ਪ੍ਰਕਿਰਿਆ ਸਮਝਣੀ ਚਾਹੀਏ, ਇੱਕ ਬਹੁਤ ਵੱਡਾ ਕੰਟੇਨਰ ਲੱਗਾ ਹੋਇਆ, ਇਹਦਾ ਕੀ ਰੋਲ ਹੈ, ਕਿਉਂਕਿ ਸਫਾਈ ਬਹੁਤ ਜ਼ਰੂਰੀ ਹੈ ਔਰ ਸੈਂਪਲ ਫੇਲ ਵੀ ਕਿਤੇ ਨਾ ਕਿਤੇ ਸਫਾਈ ਕਰਕੇ ਨਹੀਂ ਹੁੰਦੇ। ਕੰਟੇਨਰ ਸਾਰਾ ਸਾਡਾ ਸਾਰਾ ਟੋਟਲੀ ਇਹਦੇ ਵਿੱਚ ਪਨੀਰ ਬਣਦਾ, ਜਿੱਦਾਂ ਪਨੀਰ ਵਾਸਤੇ ਉਹਦੇ ਵਿੱਚ ਠੰਡਾ ਰੱਖਣਾ, ਕਿੰਨੇ ਪੁਆਇੰਟ ਤੋਂ ਠੰਡਾ ਰਹਿਣਾ, ਜਿੱਦਾਂ ਕਿੱਦਾਂ ਨਹੀਂ ਰਹਿਣਾ, ਮਤਲਬ ਇਹਦੇ ਦੁੱਧ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਚੀਜ਼ ਨਹੀਂ ਹੈਗੀ, ਬਹੁਤ ਕੇਅਰ ਕੁਆਲਿਟੀ ਦਾ ਦੁੱਧ ਵਾ, ਜਿਹੜੀ ਮਿਲਾਵਟ ਹੈ ਉਸਦੀ ਪਹਿਚਾਣ ਕਿਵੇਂ ਹੋਵੇ, ਕਿਉਂਕਿ ਦੇਸੀ ਘਿਓ ਵਰਤਿਆ ਜਾਂਦਾ ਹੈ, ਦੁੱਧ ਵਰਤਿਆ ਜਾਂਦਾ ਹੈ, ਖੋਆ ਵਰਤਿਆ ਜਾਂਦਾ ਹੈ, ਦੁੱਧ ਦੇ ਜਿਹੜੇ ਪ੍ਰੋਡਕਟ ਨੇ ਉਹ ਵਰਤੇ ਜਾਂਦੇ ਨੇ, ਮਿਲਾਵਟ ਦੀ ਪਹਿਚਾਣ ਕਿਵੇਂ ਹੋਵੇ ਜਿਹੜਾ ਇੱਕ ਲੇਮੈਨ ਹੈ, ਇੱਕ ਆਮ ਬੰਦਾ ਹੈ? ਤੁਹਾਡੇ ਕੋਲੋਂ ਸਮਝਣਾ ਚਾਹਾਂਗੇ, ਕਿਉਂਕਿ ਦਰਸ਼ਕ ਵੀ ਸਮਝਣਾ ਚਾਹੁੰਦੇ ਨੇ ਕਿ ਮਿਲਾਵਟ ਕਿੱਥੇ ਹੁੰਦੀ ਹੈ। ਤੁਸੀਂ ਅਸੀਂ ਦੇਖ ਰਹੇ ਹਾਂ ਕਿ ਪਨੀਰ ਬਣ ਰਿਹਾ, ਪਰ ਮਿਲਾਵਟ ਕਿੱਦਾਂ ਹੁੰਦੀ ਹੈ, ਉਹਦੀ ਪਹਿਚਾਣ ਕੀ ਹੈ? ਹੁਣ ਦੇਖੋ ਮੈਂ ਖੜਾ ਇੱਥੇ, ਠੀਕ ਹੈ ਜੀ, ਇੱਥੇ ਪਨੀਰ ਬਣਦਾ ਪਿਆ ਵਾ, ਅਸੀਂ ਆਟੋਮੈਟਿਕ ਅਸੀਂ ਦੋ ਬ੍ਰਦਰ ਹਾਂ, ਦੋਨੇ ਅਸੀਂ ਚੀਜ਼ ਰਲ ਕੇ ਚੈੱਕ ਕਰਦੇ ਰਹਿੰਦੇ। ਹੁਣ ਮੈਂ ਉੱਧਰ ਸੀਗਾ ਫੈਕਟਰੀ ਖੜਾ ਜੀ, ਇਹਦੇ ਲੱਭਣ ਜੀ, ਹੁਣ ਤੁਹਾਨੂੰ ਛੋਟਾ ਬ੍ਰਦਰ ਆਇਆ, ਇਹਦਾ ਨਾਮ ਚੰਦਨ ਆ, ਆਹ ਖੜਾ, ਇਹਨੇ ਦੇਖਿਆ ਇਹਨੂੰ, ਇਹਨੇ ਮੈਨੂੰ ਹਰ ਚੀਜ਼ ਚੈੱਕ ਕਰਨੀ ਆਪ, ਕਿੱਦਾਂ ਚੀਜ਼ ਬਣਦੀ ਕਿੱਦਾਂ ਨਹੀਂ ਬਣਦੀ। ਤੁਹਾਡੇ ਕੋਲ ਸਮਝਣਾ ਚਾਹੀਦਾ, ਤੁਸੀਂ ਤਾਂ ਓਰੀਜਨਲ ਬਣਾ ਰਹੇ ਹੋ, ਤੁਸੀਂ ਅੱਗੇ ਇਹਨੂੰ ਸ਼ਾਪ ਤੇ ਵੇਚ ਵੀ ਰਹੇ ਹੋ, ਤੇ ਤਸਵੀਰਾਂ 'ਚ ਦਿਖਾਉਂਦੇ ਰਹਾਂਗੇ ਪਨੀਰ ਕਿਸ ਤਰ੍ਹਾਂ ਬਣ ਰਿਹਾ। ਤੁਹਾਡੇ ਕੋਲ ਸਮਝਣਾ ਚਾਹੁੰਗੇ ਕਿ ਗਾਹਕ ਕਿੱਦਾਂ ਸਮਝੇ ਕਿ ਪਨੀਰ ਅਸਲੀ ਹੈ, ਦੁੱਧ ਅਸਲੀ ਹੈ ਜਾਂ ਨਕਲੀ ਹੈ, ਕਿਸ ਤਰ੍ਹਾਂ ਸਮਝੇਗਾ? ਅੱਛਾ, ਇਸ ਤਰ੍ਹਾਂ ਮੈਂ ਗਾਹਕ ਦੀ ਜਿਹੜੀ ਸਮਝ ਆ, ਦੇਖੋ ਤੁਹਾਡੇ ਸਾਹਮਣੇ ਇੱਧਰੋਂ ਲੋਕ ਆ, ਤੁਹਾਡੇ ਸਾਹਮਣੇ ਆ ਚੀਜ਼, ਮਤਲਬ ਕਿ ਜਿੱਦਾਂ ਵੀ ਅਸੀਂ ਚੀਜ਼ ਬਣਾਈ ਤੁਹਾਡੇ ਸਾਹਮਣੇ, ਠੀਕ ਆ, ਇਹਦੇ ਵਿੱਚ ਤੁਹਾਨੂੰ ਆਪ ਨਜ਼ਰ ਆਉਂਦਾ ਪਿਆ ਕਿ ਦੁੱਧ ਬੰਦਾ ਕਿੱਦਾਂ ਛਾਣਦਾ ਪਿਆ, ਦੇਖੋ ਤੁਸੀਂ ਆਪ ਤੁਹਾਨੂੰ ਦਿਖਾਵਾਂ, ਪਨੀਰ ਛੱਡਦਾ ਪਿਆ ਆਪਣੇ ਸਟੀਲ ਦੇ ਬਰਤਨ ਆ ਸਾਰੇ, ਹਰ ਚੀਜ਼ ਆਪ ਤੁਹਾਨੂੰ ਦਿਖਾਵਾਂ ਮੈਂ। ਨਹੀਂ, ਇਹ ਪਨੀਰ ਜਿਹੜਾ ਨਕਲੀ ਹੁੰਦਾ ਉਹ ਖਾਣ ਚ ਫਰਕ ਹੁੰਦਾ ਹੈ ਕਿ ਕਿਸ ਤਰ੍ਹਾਂ ਫਰਕ ਹੁੰਦਾ ਹੈ? ਪਨੀਰ ਦੀ ਕੁਆਲਿਟੀ ਆਪਣੇ ਪਤਾ ਲੱਗ ਜਾਂਦੀ, ਜਦੋਂ ਆਪਾਂ ਘਰਾਂ 'ਚ ਵੀ ਪਨੀਰ ਬਣਾਉਂਦੇ ਜਾਂ ਥੋੜਾ ਦੁੱਧ ਹੀ ਲੈ ਕੇ ਘਰਾਂ 'ਚ ਪਨੀਰ ਬਣਾਉਂਦੇ ਹਾਂ। ਦੇਖੋ ਤੁਸੀਂ ਭਾਵੇਂ ਦੇਖ ਸਕਦੇ ਇਹਨੂੰ, ਭਾਵੇਂ ਜਿੱਦਾਂ ਮਰਜ਼ੀ ਖਾਓ, ਦੇਖੋ ਪਨੀਰ ਆ। ਠੀਕ ਹੈ ਸੰਦੀਪ ਬਰਾਏ, ਬਹੁਤ ਧੰਨਵਾਦ ਤੁਹਾਡਾ। ਮੇਰੇ ਨਾਲ ਮੇਰੇ ਸਹਿਯੋਗੀ ਚਰਨਜੀਵ ਕੌਸ਼ਲ ਸੰਗਰੂਰ ਤੋਂ ਜੁੜੇ ਨੇ। ਚਰਨਜੀਵ, ਜਿਸ ਢੰਗ ਦੇ ਨਾਲ ਅੱਜ ਅਸੀਂ ਸਿਹਤ ਦੀ ਗੱਲ ਕਰ ਰਹੇ ਹਾਂ, ਖਾਸ ਕਰ ਪੰਜਾਬੀਆਂ ਦੀ, ਕਿਉਂਕਿ ਵੱਡੇ ਪੱਧਰ 'ਤੇ ਸੈਂਪਲ ਫੇਲ ਹੋ ਰਹੇ ਨੇ, ਖੋਏ ਦੇ ਸੈਂਪਲ ਫੇਲ ਹੋਏ ਨੇ, ਦੁੱਧ ਦੇ ਸੈਂਪਲ ਫੇਲ ਹੋ ਰਹੇ ਨੇ, ਅਤੇ ਨਾਲ ਹੀ ਦੇਸੀ ਘਿਓ ਦੇ ਸੈਂਪਲ ਫੇਲ ਹੋਏ ਨੇ, ਅਤੇ ਪੰਜਾਬੀ ਜਿਹੜੇ ਵਰਤ ਰਹੇ ਨੇ, ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਦੁੱਧ ਦੀ ਵਰਤੋਂ ਹੁੰਦੀ ਹੈ, ਪਿੰਡਾਂ ਦੇ ਵਿੱਚ ਦੁੱਧ ਦਾ ਜ਼ਿਆਦਾਤਰ ਉਤਪਾਦਨ ਹੁੰਦਾ, ਅਤੇ ਬਹੁਤ ਸਾਰੇ ਲੋਕ ਆਪਣੇ ਮੁਨਾਫੇ ਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ, ਅਤੇ ਕੀ ਕਹਿ ਰਹੇ ਨੇ ਸੰਗਰੂਰ ਦੇ ਲੋਕ ਅਤੇ ਜਿਹੜੇ ਦੁੱਧ ਉਤਪਾਦਕ ਨੇ, ਡੇਅਰੀ ਵਾਲੇ ਨੇ,
ਕਿਵੇਂ ਹੋਵੇ ਬਚਾਅ ਹੋ ਸਕੇ ਸਿਹਤ ਦਾ ਜੀ? ਤਾਂ ਬਿਲਕੁਲ ਰਣਵੀਰ, ਲੋਕਾਂ ਦੇ ਸਿਹਤ ਦੇ ਨਾਲ ਤਾਂ ਵੱਡਾ ਖਿਲਵਾੜ ਹੋ ਰਿਹਾ, ਜਿਵੇਂ ਕਿ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਦੁੱਧ, ਦਹੀਂ, ਘਿਓ ਹਰ ਇੱਕ ਦੇ ਜਿਹੜੇ ਸੈਂਪਲ ਨੇ ਕਿਤੇ ਨਾ ਕਿਤੇ ਫੇਲ ਹੋਏ ਨੇ। ਤਾਂ ਨਿਊਜ਼ 18 ਲਗਾਤਾਰ ਹਰ ਇੱਕ ਸ਼ਹਿਰ ਦੀ ਤਸਵੀਰ ਦਿਖਾ ਰਿਹਾ ਕਿ ਕਿੱਥੇ ਕਿੱਥੇ ਹਾਲਾਤ ਕੀ ਨੇ। ਉਸੇ ਤਰੀਕੇ ਨਾਲ ਅਸੀਂ ਸੰਗਰੂਰ ਇੱਕ ਡੈਰੀ ਦੇ ਉੱਪਰ ਆਏ ਹਾਂ। ਮੋਹਿਤ ਡੈਰੀ ਹੈਗੀ ਹੈ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਹੈਗੀ ਹੈ, ਤਾਂ ਅਸੀਂ ਰਿਐਲਿਟੀ ਚੈੱਕ ਵੀ ਕਰਾਂਗੇ ਅਤੇ ਨਾਲ ਪੂਰੀ ਜਿਹੜੀ ਜਾਣਕਾਰੀ ਆ ਉਹ ਵੀ ਲਵਾਂਗੇ ਦੁਕਾਨਦਾਰਾਂ ਤੋਂ ਕਿ ਕਿਸ ਤਰੀਕੇ ਨਾਲ ਤੁਹਾਡੀ ਡੈਰੀ 'ਤੇ ਦੁੱਧ ਪਹੁੰਚਦਾ, ਅਗਰ ਮਿਲਾਵਟ ਹੁੰਦੀ ਆ ਤਾਂ ਕਿਸ ਪੱਧਰ ਦੇ ਉੱਪਰ ਜਾ ਕੇ ਹੁੰਦੀ ਆ, ਜਦੋਂ ਤੁਹਾਡੇ ਕੋਲ ਦੁੱਧ ਆਉਂਦਾ ਤਾਂ ਦੁੱਧ ਦੇ ਹਾਲਾਤ ਕੀ ਹੁੰਦੇ ਨੇ, ਕਿਸ ਤਰੀਕੇ ਨਾਲ ਚੈਕਿੰਗ ਹੁੰਦੀ ਆ, ਗਾਹਕ ਦੇ ਕੋਲ ਦੁੱਧ ਪਹੁੰਚਣ ਤੋਂ ਪਹਿਲਾਂ ਕਿਹੜੀ ਕਿਹੜੀ ਜਿਹੜੀਆਂ ਚੈਕਿੰਗਾਂ ਨੇ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ। ਤਾਂ ਪਹਿਲਾਂ ਆਪਾਂ ਇੱਕ ਤਸਵੀਰਾਂ ਦਿਖਾਵਾਂਗੇ ਕਿ ਡੈਰੀ ਆ ਜਿੱਥੇ ਕਿ ਦੁੱਧ ਜਿਹੜਾ ਹੈਗਾ ਵੇਚਿਆ ਜਾਂਦਾ, ਇਕੱਲੀ ਇਕੱਲੀ ਆਈਟਮ ਜਿਹੜੀ ਹੈਗੀ ਆ ਉਹ ਇੱਥੇ ਵੇਚੀ ਜਾਂਦੀ ਆ। ਅਗਰ ਗੱਲ ਕਰੀਏ ਤਾਂ ਉੱਪਰ ਲੱਸੀ ਦੇ ਜਿਹੜੇ ਪੈਕਟ ਨੇ ਉਹ ਪਏ ਨੇ, ਨੀਚੇ ਦਹੀਂ ਦੇ ਪੈਕਟ ਪਏ ਨੇ, ਪਨੀਰ ਪਿਆ। ਤਾਂ ਗਾਹਕਾਂ ਦੇ ਕੋਲ ਪਨੀਰ ਸਹੀ ਜਾ ਰਿਹਾ ਗਲਤ ਜਾ ਰਿਹਾ, ਗਾਹਕਾਂ ਦੇ ਕੋਲ ਦੁੱਧ ਸਹੀ ਜਾ ਰਿਹਾ ਗਲਤ ਜਾ ਰਿਹਾ, ਉਹ ਗੱਲਬਾਤ ਅਸੀਂ ਜ਼ਰੂਰ ਕਰਾਂਗੇ। ਭਾਈ ਮੌਜੂਦ ਨੇ, ਸਰ ਕੀ ਨਾਮ ਆ ਤੁਹਾਡਾ ਜੀ, ਡੈਰੀ ਦਾ ਕੀ ਨਾਮ ਆ ਤੁਹਾਡੇ ਦਾ? ਮੋਹੀ ਡੈਰੀ ਤੋਂ ਜੀ, ਰਜਿੰਦਰ ਕੁਮਾਰ। ਕੁਮਾਰ ਸਾਹਿਬ, ਇੱਕ ਵੱਡਾ ਸਵਾਲ ਪੰਜਾਬ ਦੇ ਲੋਕਾਂ ਦਾ ਕਿ ਜਿਹੜੇ ਹੁਣ ਕਾਫੀ ਜ਼ਿਆਦਾ ਸੈਂਪਲ ਗਲਤ ਆ ਰਹੇ ਨੇ ਕਿ ਦੁੱਧ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਦੀ ਸੈਂਪਲਿੰਗ ਗਲਤ ਆ ਰਹੀ ਆ, ਦਹੀਂ ਦੀ ਆ ਰਹੀ ਆ, ਤਾਂ ਤੁਸੀਂ ਵੀ ਸਾਰਾ ਸਮਾਨ ਵੇਚ ਰਹੇ ਹੋ, ਤੁਹਾਡੇ ਕੋਲ ਹਰ ਇੱਕ ਚੀਜ਼ ਪਈ ਆ, ਤਾਂ ਗਾਹਕਾਂ ਦੇ ਕੋਲ ਕਿਹੋ ਜਿਹੀ ਚੀਜ਼ ਵੇਚੀ ਜਾ ਰਹੀ ਆ? ਸਾਨੂੰ ਹੋਰਾਂ ਬਾਰੇ ਪਤਾ ਨਹੀਂ ਜੀ, ਸਾਡੀ ਡੈਰੀ 'ਤੇ ਅਸੀਂ ਹਰ ਇੱਕ ਚੀਜ਼ ਸ਼ੁੱਧਤਾ ਨਾਲ ਵੇਚਦੇ ਹਾਂ, ਅਤੇ ਕੋਈ ਵੀ ਸਾਡੇ ਟਾਈਮ ਟੂ ਟਾਈਮ ਸੈਂਪਲਿੰਗ ਹੁੰਦੀ ਹੈ ਡੈਰੀ 'ਤੇ, ਅਤੇ ਆਪਣਾ ਬਾਕੀ ਦਹੀਂ ਹੈ, ਲੱਸੀ ਹੈ ਜੀ, ਦੁੱਧ ਹੈ, ਅਤੇ ਅਸੀਂ ਤਾਂ ਸ਼ੁੱਧਤਾ ਨਾਲ ਵੇਚਦੇ ਹਾਂ ਵੀ ਡੈਰੀ। ਸਾਹਿਬ ਖੜ੍ਹੇ ਹੋ ਕੇ ਥੋੜ੍ਹਾ ਜਿਹਾ ਮੈਨੂੰ ਥੋੜ੍ਹਾ ਪਹਿਲਾਂ ਇਹ ਵੀ ਚੀਜ਼ ਦੱਸੋ ਕਿ ਜਦੋਂ ਤੁਹਾਡੇ ਕੋਲ ਦੁੱਧ ਆਉਂਦਾ, ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਸ਼ੁੱਧਤਾ ਨਾਲ ਵੇਚ ਰਹੇ ਹੋ, ਪਰ ਤੁਹਾਡੇ ਕੋਲ ਦੁੱਧ ਕਿੱਥੋਂ ਆਉਂਦਾ? ਤੁਸੀਂ ਜਿਹੜਾ ਕੱਚਾ ਦੁੱਧ ਕਿੱਥੋਂ ਲੈ ਕੇ? ਪਿੰਡਾਂ 'ਚੋਂ ਆਉਂਦਾ ਦੁੱਧ, ਦੁੱਧ ਹੀ ਲੈ ਕੇ ਆਉਂਦੇ ਨੇ ਸਾਡੇ ਕੋਲ, ਕੋਈ 50 ਕਿਲੋ, ਕੋਈ 100 ਕਿਲੋ, ਅਸੀਂ ਉਹਦੀ ਸਾਡੇ ਕੋਲ ਸੈਂਪਲਿੰਗ ਦਾ ਸਮਾਨ ਰੱਖਿਆ ਹੋਇਆ, ਫੈਟ ਟੈਸਟ ਕਰਕੇ, ਬਾਕੀ ਜਿਹੜਾ ਮੇਨ ਟੈਸਟਿੰਗ ਹੈ ਉਹ ਆਪਣੇ ਮੂੰਹ ਦਾ ਹੀ ਟੈਸਟ ਹੈ, ਮੂੰਹ ਦੇ ਨਾਲ ਵੀ ਜ਼ਿਆਦਾ ਪਤਾ ਲੱਗ ਜਾਂਦਾ ਹੈ, ਬਾਕੀ ਸਾਡੇ ਕੋਲ ਲੈਬ ਉਰੇ ਹੈ ਨਹੀਂ ਪੂਰੀ ਪ੍ਰੋਪਰ ਦੇ, ਅਸੀਂ ਫੈਟ ਟੈਸਟਿੰਗ ਕਰਕੇ ਉਹਦੀ ਉਹ 'ਚ ਪਾਣੀ ਦੀ ਦੇਖ ਕੇ ਮਾਤਰਾ ਵੀ ਕਿੰਨੀ ਹੈ, ਫਿਰ ਟੈਸਟ ਕਰਕੇ ਫਿਰ ਅਸੀਂ ਗਾਹਕਾਂ ਨੂੰ ਸਮਾਨ ਵੇਚਦੇ ਹਾਂ। ਲੱਗਦਾ ਵੀ ਹਾਂ ਕਈ ਵਾਰ ਨਵੇਂ ਦੁੱਧ 'ਚੋਂ ਜਾਂ ਕੋਈ ਕਿਸਾਨ ਹੀ ਜਾਂ ਕੋਈ ਘਰੇਲੂ ਬੰਦੇ ਹੀ ਗੜਬੜ ਕਰਕੇ ਲੈ ਕੇ ਆਵੇ ਦੁੱਧ ਦੇ ਵਿੱਚ, ਤਾਂ ਤੁਹਾਨੂੰ ਪਹਿਚਾਣ ਕਿਵੇਂ ਹੋ? ਪਹਿਚਾਣ ਆਉਂਦੀ ਹੈ ਸਾਨੂੰ, ਤਾਂ ਅਸੀਂ ਬਕਾਇਦਾ ਤੌਰ 'ਤੇ ਲੈਬ 'ਚ ਭੇਜ ਕੇ ਉਹਨੂੰ ਟੈਸਟ ਕਰਵਾਉਂਦੇ ਹਾਂ। ਠੀਕ ਹੈ, ਤਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਦੁੱਧ ਦਾ ਕੰਮ ਕਰਦੇ ਹਾਂ? ਸਾਨੂੰ ਘੱਟੋ ਘੱਟ ਹੋ ਗਏ ਜੀ ਆਪਣਾ 36 ਸਾਲ ਹੋ ਗਏ ਕੰਮ ਕਰਦੇ ਹਾਂ। ਸਾਡਾ ਇੱਕ ਹੋਰ ਮਕਸਦ ਆ ਪੰਜਾਬ ਦੇ ਲੋਕਾਂ ਨੂੰ, ਜਿਹੜੇ ਲੋਕ ਦੇਖ ਰਹੇ ਨੇ, ਕਿਉਂਕਿ ਜਦੋਂ ਇੱਦਾਂ ਦੀਆਂ ਗੜਬੜਾਂ ਹੁੰਦੀਆਂ ਨੇ ਦੁੱਧ ਦੇ ਵਿੱਚ, ਦਹੀਂ ਦੇ ਵਿੱਚ, ਤਾਂ ਜਿਵੇਂ ਤੁਸੀਂ ਦੱਸਤਾ ਕਿ ਬਿਨਾਂ ਲੈਬ ਤੋਂ ਤੁਹਾਨੂੰ ਮੂੰਹ ਦਾ ਟੇਸਟ ਦੱਸ ਦਿੰਦਾ, ਤਾਂ ਲੋਕਾਂ ਨੂੰ ਵੀ ਇਹ ਦੱਸੋ ਵੀ ਕਿਸ ਤਰੀਕੇ ਨਾਲ ਪਹਿਚਾਣ ਹੁੰਦੀ ਆ ਅਗਰ ਦੁੱਧ ਆਉਂਦਾ ਤਾਂ ਦੁੱਧ ਦੀ ਕੀ ਪਹਿਚਾਣ ਆ, ਕਿ ਇਹ ਦੁੱਧ ਅਸਲੀ ਦੁੱਧ ਨਹੀਂ ਹੈਗਾ, ਇਹਦੇ 'ਚ ਕੋਈ ਨਾ ਕੋਈ ਕਮੀ ਪੇਸ਼ੀ ਆ ਜਾਂ ਦਹੀਂ ਦੀ ਜਾਂ ਪਨੀਰ ਦੀ, ਤੁਹਾਨੂੰ ਕਿਵੇਂ ਪਤਾ ਲੱਗਦਾ ਤਾਂ ਜੋ ਆਮ ਲੋਕ ਵੀ ਆਪਣੇ ਘਰੇ ਬੈਠੇ ਦੇਖ ਸਕਣ? ਦੁੱਧ ਦੀ ਦੇਖੋ ਜੀ ਇਹ ਪਹਿਚਾਣ ਹੈ ਵੀ ਜਿਵੇਂ ਕਹਿ ਰਹੇ ਵੀ ਯੂਰੀਆ, ਜੇ ਤੁਸੀਂ ਉਹ ਦੁੱਧ ਉਬਾਲ ਕੇ ਦੇਖੋਗੇ ਜਿਹ 'ਚ ਯੂਰੀਆ ਪਾਇਆ ਹੋਊਗਾ ਉਹ ਇੱਕ ਤਾਂ ਪੀਣ ਸਾਰ ਹੀ ਕੌੜਾ ਹੋਊਗਾ ਅਤੇ ਉਹ ਦੁੱਧ ਸਮੈਲ ਮਾਰੂਗਾ। ਠੀਕ ਹੈ, ਇਹ ਪਹਿਚਾਣ ਹੈ ਵੱਡੀ ਯੂਰੀਆ ਦੁੱਧ ਦੀ। ਠੀਕ ਹੈ, ਜੇ ਯੂਰੀਆ ਪਾਇਆ ਹੋਊਗਾ ਉਹ 'ਚ ਚਿਕਨਾਹਟ ਵੀ ਵੱਧਦੀ ਆ? ਨਾ, ਕੋਈ ਚਿਕਨਾਹਟ ਨਹੀਂ ਵੱਧਦੀ ਯੂਰੀਆ ਨਾਲ। ਅੱਛਾ ਜੀ, ਅਤੇ ਯੂਰੀਆ ਪੀ ਕੇ ਬਸ ਕੜੱਤਨ ਹੋ ਜੂਗੀ, ਸਮੈਲ ਮਾਰੂਗਾ ਦੁੱਧ, ਅਤੇ ਸਰਫ ਵਾਲਾ ਦੁੱਧ ਉਬਲਦੀ ਨਹੀਂ ਹੈਗੀ ਜੀ, ਉਹ ਵੀ ਉਹ ਹੋ ਗਈ। ਜਿਵੇਂ ਮੰਨ ਕੇ ਚਲੋ ਨਾਲ ਚਿਕਨਾਹਟ ਵੱਧ ਜਾਂਦੀ, ਹੁਣ ਘਿਓ ਦੇ ਵਿੱਚ ਵੀ ਗੜਬੜ, ਪਨੀਰ 'ਚ ਵੀ ਗੜਬੜ ਕਈ ਵਾਰ, ਜਿਹੜਾ ਹੁਣ ਪਨੀਰ ਪਨੀਰ ਦੀ ਕਿਵੇਂ ਪਹਿਚਾਣ ਕਰੀ ਆਪਾਂ? ਲੋਕੀ ਕਰਦੇ ਹੋਣਗੇ ਜੀ,
ਜੇ ਕਿਸੇ ਨੂੰ ਲੱਗਦਾ ਤਾਂ ਉਹ ਆਪਣੀ ਲੈਬ ਹੈਗੀ ਹੈ। ਅਸੀਂ ਸਿਰਫ ਜਾਣਕਾਰੀ ਤੁਹਾਡੇ ਤਾਂ ਦੇਖੋ ਅਸੀਂ ਮੌਕੇ ਤੇ ਬੈਠੇ ਹਾਂ, ਤੁਸੀਂ ਦੱਸ ਰਹੇ ਹੋ ਡੀਸੀ ਦਫ਼ਤਰ ਦੇ ਸਾਹਮਣੇ ਵੇਚ ਰਹੇ ਹੋ, ਸਿਰਫ ਇੱਕ ਜਾਣਕਾਰੀ ਵੀ ਆਮ ਲੋਕ ਇਹ ਆਪਣੇ ਜਿਹੜਾ ਪਨੀਰ ਲੈ ਕੇ ਆਉਂਦੇ ਨੇ ਬਾਜ਼ਾਰ ਚੋਂ ਕਿਵੇਂ ਪਰਖ ਕਰਨ ਵੀ ਅਸਲੀ ਹੈ ਕਿ ਨਕਲੀ ਆ, ਕਿਉਂਕਿ ਹਰ ਕੋਈ 50 ਰੁਪਏ ਦਾ ਪਨੀਰ ਲੈ ਕੇ ਤਾਂ ਲੈਬ 'ਚ ਜਾ ਨਹੀਂ ਸਕਦਾ। ਪਨੀਰ ਦੀ ਸ਼ੁੱਧਤਾ ਤਾਂ ਇਹੀ ਹੈ, ਦੇਖੋ ਜੀ ਉਹਨੂੰ ਹੱਥ ਨਾਲ ਮਸਲੋ ਜ਼ਿਆਦਾ ਵੀ ਉਹਦੇ 'ਚ ਚਿਕਨਾਈ ਆਊਗੀ ਜੀ ਜੇ ਹੋਊਗੀ। ਬਾਕੀ ਜਿਹੜਾ ਸਿੰਥੈਟਿਕ ਪਨੀਰ ਹੈ ਵੀ ਸਾਡੇ ਹਿਸਾਬ ਨਾਲ ਤਾਂ ਕੋਈ ਬਣਦਾ ਨਹੀਂ ਹੈਗਾ ਵੀ ਕੋਈ ਕੈਮੀਕਲ ਪਾ ਕੇ ਬਣ ਜੂਗਾ, ਠੀਕ ਹੈ ਕਿ ਨਹੀਂ। ਕੋਈ ਹੋਰ ਲੋਕ ਤਰੀਕੇ ਨਾਲ ਬਣਾਉਂਦੇ ਹੋਣ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ? ਬਿਲਕੁਲ ਅਲੱਗ ਅਲੱਗ ਤਰੀਕੇ ਨਾਲ। ਬਾਊ ਜੀ ਜੱਗ ਲੈ ਕੇ ਆਏ ਹੋ, ਦੁੱਧ ਲੈਣਾ ਹੋ, ਦਹੀਂ ਲੈਣਾ ਹੋ, ਲੱਸੀ ਲੈਣਾ ਹੋ? ਦੁੱਧ ਲੈਣਾ ਆਇਆ ਜੀ। ਅੱਛਾ, ਕਿੱਥੇ ਆ ਘਰ ਤੁਹਾਡਾ? ਮੇਰਾ ਘਰ ਇੱਧਰ ਹੈ ਜੀ, ਸਨਾਮੀ ਗੇਟ। ਇੱਥੋਂ ਲੈ ਕੇ ਜਾਣਾ ਦੁੱਧ? ਪਰਮਾਨੈਂਟ ਉੱਥੋਂ ਲੈ ਕੇ ਜਾਣਾ ਜੀ। ਕਿਵੇਂ ਲੱਗਦਾ? 2-3 ਦਿਨ ਰੱਖਦੇ ਹੋ, ਖਰਾਬੀ ਚੈੱਕਅਪ ਤਾਂ ਕਰਦੇ ਹੋ? 3-3 ਦਿਨ ਚੱਲਦਾ ਜੀ ਦੁੱਧ ਲੈ ਕੇ ਜਾਣਾ ਜੀ, ਉੱਥੋਂ ਮੈਂ 2 ਕਿਲੋ ਦੁੱਧ ਲੈ ਕੇ ਜਾਣਾ। ਹਾਲੀ ਤੋਂ ਮਨੋਜ ਰਾਠੀ ਮੇਰੇ ਸਹਿਯੋਗੀ ਜੀ ਦੇ ਨਾਲ ਲਾਈਵ ਸੈਂਪਲੇ ਦੇ ਰਹੇ ਹਾਂ, ਗੜਬੜ ਆਉਂਦੀ ਹੈ। ਡਾਇਰੈਕਟਰ ਡਰੱਗ ਲੈਬ ਦੇ ਰਵਨੀਤ ਕੌਰ ਸਿੱਧੂ, ਉਹਨਾਂ ਤੋਂ ਵੀ ਸਮਝਾਂਗੇ ਕਿ ਜੋ ਪੰਜਾਬ ਦੇ ਵਿੱਚ ਇਸ ਢੰਗ ਦੇ ਨਾਲ ਮਿਲਾਵਟ ਪਾਈ ਜਾ ਰਹੀ ਹੈ, ਸੈਂਪਲ ਫੇਲ ਹੋ ਰਹੇ ਨੇ, ਉਸ ਦਾ ਕਾਰਨ ਕੀ ਹੈ ਤੇ ਬਚਿਆ ਕਿਵੇਂ ਜਾ ਸਕਦਾ ਹੈ? ਜੀ ਮਨੋਜ, ਦੇਖੋ ਰਣਵੀਰ, ਬਹੁਤ ਕਹਿ ਸਕਦੇ ਹਾਂ ਕਿ ਇੱਕ ਗੰਭੀਰ ਮੁੱਦਾ, ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਸੈਂਪਲ ਜਿਹੜੇ ਹੈਗੇ ਪਿਛਲੇ ਦਿਨਾਂ 23-24 ਦੇ ਜਿਹੜੇ ਸੈਂਪਲ ਲਿੱਤੇ ਸੀਗੇ, ਔਰ ਸਾਡੇ ਨਾਲ ਡਾਇਰੈਕਟਰ ਲੈਬ ਨੇ ਰਵਨੀਤ ਕੌਰ ਸਿੱਧੂ, ਔਰ ਉਹਨਾਂ ਨਾਲ ਐਕਸਕਲੂਸਿਵ ਗੱਲਬਾਤ ਵੀ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ, ਲੋਕਾਂ ਦੀ ਸਿਹਤ ਦਾ ਸਵਾਲ ਹੈ, ਪੰਜਾਬ ਦੇ ਲੋਕਾਂ ਦੀ ਸਿਹਤ ਦਾ ਸਵਾਲ ਹੈ। ਡਾਇਰੈਕਟਰ ਮੈਮ, ਸਭ ਤੋਂ ਪਹਿਲਾਂ ਨਿਊਜ਼ 18 ਤੇ ਤੁਹਾਡਾ ਸਵਾਗਤ ਹੈ ਮੈਮ। ਰਵਨੀਤ ਮੈਮ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਤੁਸੀਂ ਹੁਣ ਡਾਟਾ ਦਿੱਤਾ ਹੈ, ਸੈਂਪਲ ਫੇਲ ਹੋਏ ਹੈ, 13 ਪੁਆਇੰਟ ਸਮਥਿੰਗ ਜਿਹੜਾ ਲੂਜ਼ ਮਿਲਕ ਹੈ ਅਤੇ 21% ਕਰੀਬ ਜਿਹੜਾ ਕੀ ਹੈ ਉਹਦੇ ਫੇਲ ਹੋਏ, ਇਹ ਕਿੱਥੋਂ ਕਿੱਥੋਂ ਲਿੱਤੇ ਸੀਗੇ, ਥੋੜ੍ਹਾ ਇਹਦੇ ਬਾਰੇ ਜਿਹੜੀ ਜਾਣਕਾਰੀ? ਇਹ ਸਾਰੇ ਇਨਫੋਰਸਮੈਂਟ ਸੈਂਪਲਸ ਆ ਜਿਹੜੇ ਆਲ ਓਵਰ ਪੰਜਾਬ ਤੋਂ ਲਏ ਗਏ ਨੇ। FSSAI ਦੇ ਤਹਿਤ ਸਾਡੇ ਸਾਰੇ ਫੂਡ ਸੇਫਟੀ ਆਫੀਸਰਸ ਨੂੰ ਹਰ ਮਹੀਨੇ ਦੇ ਟਾਰਗੇਟ ਮਿਲਦੇ ਆ ਕਿ ਉਹਨਾਂ ਨੇ ਉਨੇ ਪਰਟੀਕੁਲਰ ਨੰਬਰ ਆਫ ਸੈਂਪਲਸ, ਮਿਨੀਮਮ ਪਰਟੀਕੁਲਰ ਨੰਬਰ ਆਫ ਸੈਂਪਲਸ ਉਹਨਾਂ ਨੇ ਪਿਕ ਕਰਨੇ ਆ। ਇਹ ਉਹ ਸੈਂਪਲਸ ਨੇ ਜਿਹੜੇ ਫੇਲ ਹੋਏ ਨੇ। ਇਹਦੇ 'ਚ ਖਾਮੀਆਂ ਕਿਸ ਤਰ੍ਹਾਂ ਦੀ ਪਾਈ ਗਈਆਂ, ਕਿਉਂਕਿ ਜਿੱਦਾਂ ਤੁਸੀਂ ਲੂਜ਼ ਮਿਲਕ ਦੀ ਗੱਲ ਕਰ ਰਹੇ ਹੋ, ਘੀ ਦੀ ਗੱਲ ਕਰ ਰਹੇ ਹੋ, ਕਿਉਂਕਿ ਮੋਸਟਲੀ ਪਿੰਡਾਂ ਦੇ ਵਿੱਚ ਤਾਂ ਲੂਜ਼ ਮਿਲਕ ਜਿਹੜਾ ਹੈਗਾ ਉਹ ਚੱਲਦਾ ਹੈ ਜੀ। ਜਿਹੜੇ ਇਹਨਾਂ ਵਿੱਚ ਖਾਮੀਆਂ ਆ, ਕਿਸ ਮਤਲਬ ਜਿਹੜੇ ਸਾਡੇ ਫੇਲ ਹੁੰਦੇ ਆ ਸੈਂਪਲਸ, ਇਹ 2 ਤਰ੍ਹਾਂ ਦੇ ਫੇਲ ਹੁੰਦੇ ਨੇ। 1 ਇਜ਼ ਕੁਆਲਿਟੀ ਫੇਲਿਅਰ ਐਂਡ ਅਦਰ ਇਜ਼ ਸੇਫਟੀ ਫੇਲਿਅਰ। ਜਿਹੜੇ ਕੁਆਲਿਟੀ ਫੇਲਿਅਰ ਆ ਉਹ ਮੈਕਸੀਮਮ ਨੰਬਰ ਹੁੰਦਾ ਆ, ਉਹ ਉਹਨਾਂ ਵਿੱਚ ਕਵਰ ਹੁੰਦੇ ਨੇ ਜਿਨ੍ਹਾਂ ਵਿੱਚ ਜਿਵੇਂ ਕਿਸੇ ਵਿੱਚ ਫੈਟ ਘੱਟ ਹੈ, ਕਿਸੇ ਵਿੱਚ ਸੋਲਿਡ ਨਾਟ ਫੈਟ ਜਿਹਨੂੰ ਆਪਾਂ ਮਤਲਬ SNF ਕਹਿੰਦੇ ਆ ਉਹ ਘੱਟ ਹੈ। ਦੈਟ ਇਜ਼ ਅ ਕੁਆਲਿਟੀ ਪੈਰਾਮੀਟਰਸ। ਸੇਮ ਹੀ ਇਹ ਦੁੱਧ ਤੇ ਵੀ ਲਾਗੂ ਹੁੰਦਾ, ਪਨੀਰ ਤੇ ਵੀ ਲਾਗੂ ਹੁੰਦਾ। ਤੇ ਜਿਹੜੇ ਅਨਸੇਫ ਸੈਂਪਲ ਆ, ਦੈਟ ਇਜ਼ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਹੋ ਕਿ ਉਹ ਸਿੰਥੈਟਿਕ ਤਰੀਕੇ ਨਾਲ ਮਿਲਾਏ ਗਏ ਆ, ਜਿਵੇਂ ਕੋਈ ਵੀ ਰਿਫਾਈਨਡ ਆਇਲ ਪਾ ਕੇ ਬਣਾਇਆ ਗਿਆ, ਦੈਟ ਇਜ਼ ਸੇਫਟੀ ਉਹ ਸਿਹਤ ਤੇ ਹਾਨੀਕਾਰਕ ਹੁੰਦਾ, ਸਿਹਤ ਦੇ ਵਾਸਤੇ ਅਨਸੇਫ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਜੀ। ਆਪਾਂ ਜੇ ਇੱਕ ਚੀਜ਼ ਕਹੀਏ ਕਿ ਦੁੱਧ ਪਦਾਰਥ, ਉਹ ਦੁੱਧ ਪਦਾਰਥ ਨਹੀਂ ਆ ਤਾਂ ਉਹ ਆਬਵੀਅਸ ਹੈ ਕਿ ਅਨਸੇਫ ਹੈ। ਠੀਕ ਹੈ, ਦੂਜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਇੱਕ ਤਾਂ ਹੋ ਗਿਆ ਅਨਸੇਫ, ਦੂਜਾ ਜਿਹੜਾ ਤੁਸੀਂ ਕੁਆਲਿਟੀ ਨੂੰ ਲੈ ਕੇ ਕਹਿ ਰਹੇ ਹੋ ਕਿ ਜਿਹੜੇ ਪੈਰਾਮੀਟਰਸ ਹੈ ਉਹ ਕਿਤੇ ਨਾ ਕਿਤੇ ਡਾਊਨ ਜਾਏਗਾ, ਉਹ ਵੀ ਹੈਲਥ ਵਾਸਤੇ ਸੇਫ, ਕਿਉਂਕਿ ਫੇਲ ਦਾ ਮਤਲਬ ਜਿੱਥੇ ਆ ਗਿਆ ਜਾਂ ਨਕਲੀ ਦਾ ਜਿੱਥੇ ਮਤਲਬ ਆ ਗਿਆ ਉੱਥੇ ਤਾਂ ਫਿਰ ਲੋਕਾਂ ਦੇ ਮਨ 'ਚ ਓਬਵੀਅਸਲੀ ਡਰ ਦਾ ਮਾਹੌਲ ਤਾਂ ਹੈ। ਨਹੀਂ ਜੀ, ਹਰ ਸੈਂਪਲ ਫੇਲ ਮਤਲਬ ਨਕਲੀ ਨਹੀਂ ਆ। ਜੇ ਫੇਲ ਸੈਂਪਲ ਆ, ਸੈਂਪਲ ਫੇਲ ਕੁਆਲਿਟੀ ਪੈਰਾਮੀਟਰ ਤੇ ਵੀ ਹੋ ਸਕਦਾ,
ਫੇਲ ਸੈਂਪਲ ਸੇਫਟੀ ਪੈਰਾਮੀਟਰ ਤੇ ਵੀ ਹੋ ਸਕਦਾ। ਜਿਹੜਾ ਜਿਹੜੀ ਸਾਡੀ ਲੈਬ ਰਿਪੋਰਟ ਹੈ, ਜੇ ਕੋਈ ਵੀ ਸੈਂਪਲ ਆਪਦਾ ਕੁਆਲਿਟੀ ਪੈਰਾਮੀਟਰ ਤੇ ਫੇਲ ਹੁੰਦਾ ਆ, ਅਸੀਂ ਉਹਨੂੰ ਸਬ ਸਟੈਂਡਰਡ ਦਿੰਦੇ ਹਾਂ ਕਿ ਉਹ ਆਪਦੇ ਕੁਆਲਿਟੀ ਦੇ ਮਾਪਦੰਡ ਨੂੰ ਪੂਰਾ ਨਹੀਂ ਕਰ ਰਿਹਾ। ਜੇ ਕੋਈ ਵੀ ਸੈਂਪਲ ਸੇਫਟੀ ਦੇ ਪੈਰਾਮੀਟਰ ਤੇ ਲੱਗਦਾ ਆ ਕਿ ਸਾਨੂੰ ਜਿਵੇਂ ਅਸੀਂ ਦੁੱਧ ਮੰਗਿਆ, ਦੁੱਧ ਹੈ ਹੀ ਨਹੀਂ ਜੀ, ਉਹ ਤਾਂ ਉਹਦੇ ਤੋਂ ਉਹਦੇ ਵਿੱਚ ਰਿਫਾਈਨ ਪਾਇਆ ਗਿਆ, ਤਾਂ ਉਹਨੂੰ ਅਸੀਂ ਗਿਣਦੇ ਆ ਕਿ ਦੈਟ ਇਜ਼ ਅਨਸੇਫ। ਮੈਂ ਹੁਣ ਇਹ ਸਮਝਣਾ ਚਾਹਾਂਗੇ ਕਿ ਜਿਹੜੇ ਹੁਣ ਸੈਂਪਲ ਲਿੱਤੇ ਗਏ ਸੀ 2023-24 ਤੁਸੀਂ ਗੱਲ ਕਰ ਰਹੇ ਹੋ, 13.6% ਜਿਹੜੇ ਲੂਜ਼ ਮਿਲਕ ਦੇ, ਇਹ ਕੁਆਲਿਟੀ ਦੇ ਹਿਸਾਬ ਨਾਲ ਫੇਲ ਹੋਏ ਹੈ ਜਾਂ ਫਿਰ ਜਿਹੜੇ ਅਨਸੇਫ ਦੇ ਹਿਸਾਬ ਨਾਲ ਹੋਏ ਹੈ, ਇਹ ਵੀ ਥੋੜਾ ਸਮਝਣਾ ਚਾਹੁੰਦਾ। ਜਿਹੜੇ ਲੂਜ਼ ਮਿਲਕ ਦੇ ਸੈਂਪਲ ਹੋਏ ਹੈ ਉਹ ਅਨਸੇਫ ਹੋਏ ਨੇ, ਕਾਫੀ ਹੋਏ, ਯਾਨੀ ਕਿ ਲੋਕਾਂ ਚ ਕਿਤੇ ਨਾ ਕਿਤੇ ਸਿਹਤ ਦੀ, ਹਾਂਜੀ ਸਿਹਤ ਲਈ ਹਾਨੀਕਾਰਕ ਹੈ, ਜਿਵੇਂ ਰਿਫਾਈਨਡ ਆਇਲ ਜਾਂ ਜਿਹੜਾ SMP ਹੈ, ਜਿਹੜਾ ਸਕਿਮ ਮਿਲਕ ਪਾਊਡਰ ਮਿਲਦਾ ਆ ਮਾਰਕੀਟ ਵਿਚ ਆਮ ਅਵੇਲੇਬਲ ਆ, ਤੇ ਉਹਨੂੰ ਮਿਲਾ ਕੇ ਰਿਫਾਈਨਡ ਆਇਲ ਪਾ ਕੇ ਕੋਈ ਸੋਇਆਬੀਨ ਯੂਜ ਕਰ ਰਿਹਾ, ਕੋਈ ਪਾਮ ਆਇਲ ਯੂਜ ਕਰ ਰਿਹਾ, ਉਹਨਾਂ ਨੂੰ ਮਿਲਾ ਕੇ ਜਿਹੜਾ ਵੀ ਦੁੱਧ ਤਿਆਰ ਹੋ ਰਿਹਾ ਉਹ ਸੈਂਪਲ ਜਿਹੜੇ ਲੂਜ਼ ਮਿਲਕ ਵਿਚ ਫੇਲ ਹੋਏ ਨੇ। ਕਿਤੇ ਮੈਮ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਇਹ ਕੋਈ ਜਿਹੜਾ ਉਹ ਵੀ ਤੁਹਾਡੇ ਕੋਲ ਡਾਟਾ ਹੈਗਾ ਕਿ ਕਿਸ ਏਰੀਆ ਦੇ ਵਿਚ ਇਸ ਤਰ੍ਹਾਂ ਦੇ ਸੈਂਪਲ ਫੇਲ ਹੋਏ ਹੈ, ਪੰਜਾਬ ਦੇ ਕਿਹੜੇ ਪਿੰਡ ਦਾ ਜਾਂ ਫਿਰ ਕਿਹੜਾ ਜ਼ਿਲ੍ਹਾ ਇਸ ਤਰ੍ਹਾਂ ਦਾ ਵੀ ਕੁਝ ਹੁੰਦਾ? ਨਹੀਂ ਜੀ, ਇਹ ਕੋਈ ਪਰਟੀਕੁਲਰ ਇਸ ਤਰ੍ਹਾਂ ਨਹੀਂ ਹੈ, ਜਿਹੜਾ ਇਹ ਟ੍ਰੈਂਡ ਹੈ ਮੋਸਟਲੀ ਥਰੂ ਆਊਟ ਦਾ ਪੰਜਾਬੀ ਮਿਲਦਾ ਆ, ਮਤਲਬ ਜਿੰਨੇ ਵੀ ਫੇਲੀਅਰ ਆ ਸਾਰੇ ਪੰਜਾਬ ਵਿਚੋਂ ਹੀ ਮਿਲਦਾ ਆ, ਮਤਲਬ ਐ ਪਰਟੀਕੁਲਰ ਨਹੀਂ ਕਹਿ ਸਕਦੇ ਕਿ ਕਿਸੇ ਸਿਰਫ ਇੱਕੋ ਹੀ ਏਰੀਆ ਦੇ ਸਾਰੇ ਸੈਂਪਲ ਫੇਲ ਹੋਏ ਆ। ਤੇ ਮੈਮ ਉਹਦੇ ਬਾਅਦ ਕੀ ਕਰਦਾ ਹੈ ਡਿਪਾਰਟਮੈਂਟ, ਤੁਹਾਡਾ ਕੀ ਕਰਦਾ ਹੈ ਜੇਕਰ ਅਨਸੇਫ, ਜੇ ਤੁਸੀਂ ਗੱਲ ਕਿਹਾ ਕਿ 13.6% ਅਨਸੇਫ ਹੈ ਲੋਕਾਂ ਦੇ ਸਿਹਤ ਵਾਸਤੇ, ਉਸ ਤੋਂ ਬਾਅਦ ਦਾ ਕੀ ਪ੍ਰੋਸੀਜ ਹੁੰਦਾ ਹੈ ਤੁਹਾਡੇ ਵਾਸਤੇ, ਉਸ ਤੋਂ ਬਾਅਦ ਕੀ ਪ੍ਰੋਸੈਸ? ਅਸੀਂ ਜੀ ਉਸ ਤੋਂ ਬਾਅਦ ਸੈਂਪਲ ਦੀ ਰਿਪੋਰਟ ਜਦੋਂ ਚਲੇ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਹਦਾ ਵੀ ਸੈਂਪਲ ਹੁੰਦਾ ਉਹਨੂੰ ਇੱਕ ਮੌਕਾ ਦਿੰਦੇ ਆ ਕਿ ਤੁਸੀਂ ਆਪਦੀ ਦੱਸੋ ਕਿ ਕੀ ਰੀਜ਼ਨ ਹੈ, ਕਿ ਕੀ ਸੁਣਵਾਈ ਆ, ਮਤਲਬ ਅਸੀਂ ਸੁਣਵਾਈ ਕਰਦੇ ਹਾਂ ਉਹਨਾਂ ਦੀ ਇੱਕ ਵਾਰੀ, ਤੇ ਜੇ ਫਿਰ ਉਹਨੂੰ ਮੌਕਾ ਦਿੰਦੇ ਆ ਕਿ ਜੇ ਉਹ ਆਪਦਾ ਸੈਂਪਲ ਹੈ ਉਹ ਥਰਡ ਪਾਰਟੀ ਤੋਂ, ਜਿਵੇਂ ਸਾਡੀ ਰੈਫਰੈਂਸ ਲੈਬ ਹੈਗੀ ਹੈ ਗਾਜ਼ੀਆਬਾਦ ਵਿਚ, ਜੇ ਉਹਦੇ ਤੋਂ ਚੈੱਕ ਕਰਵਾਉਣਾ ਚਾਹੁੰਦੇ ਆ ਤਾਂ ਅਸੀਂ ਉੱਥੇ ਭਿਜਵਾਉਂਦੇ ਹਾਂ, ਤੇ ਜੇ ਉੱਥੋਂ ਵੀ ਫੇਲ ਆਉਂਦਾ ਆ ਤਾਂ ਫਿਰ ਉਹਦੇ ਅਗੇਂਸਟ ਜਿਹੜਾ ਕੇਸ ਹੈ ਉਹ ਦਰਜ ਕੀਤਾ ਜਾਂਦਾ ਕੋਰਟ ਵਿਚ।